ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਜੀ। ਮੈਂ ਆਸ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਹਰ ਵਾਰ ਦੀ ਤਰ੍ਹਾਂ। ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਵਧੀਆ ਵਧੀਆ ਜਗ੍ਹਾ ਵਿਖਾਉਣੇ ਹੈ, ਚੰਗੇ ਚੰਗੇ ਬੰਦਿਆਂ ਨਾਲ ਮਿਲਾਉਣੇ ਹੈ, ਅੱਜ ਅਸੀਂ ਆਏ ਹਾਂ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਵਿੱਚ, ਜਿੱਥੇ ਕੀ ਹੈ ਅੰਗਰੇਜ਼ ਫਿਲਮ ਜਿਹੜੀ ਸ਼ੂਟ ਹੋਈ ਸੀ ਇੱਥੇ, ਸੁੱਚਾ ਸੂਰਮਾ ਬੱਬੂ ਮਾਨ ਦੀ ਅਤੇ ਜੋਗਿੰਦਰ ਸਿੰਘ ਫਿਲਮਾਂ ਜਿਹੜੀਆਂ ਇੱਥੇ ਬਣੀਆਂ ਨੇ। ਅਤੇ ਬਾਈ ਨਾਲ ਗੱਲਬਾਤ ਕਰਾਵਾਂਗੇ ਕਿ ਕੀ ਹਿਸਾਬ ਕਿਤਾਬ ਸੀਗਾ, ਬਾਈਆਂ ਨਾਲ ਕਿਵੇਂ ਸਬੱਬ ਬਣਿਆ ਜਿਹੜੀ ਅੰਗਰੇਜ਼ ਫਿਲਮ ਦੇ ਡਾਇਰੈਕਟਰ ਦਾ, ਅਤੇ ਕਿਹੜੀ ਕਿਹੜੀ ਲੋਕੇਸ਼ਨ ਹੈ, ਅਤੇ ਹੋਰ ਇੱਥੇ ਕੀ ਕੀ ਇਹਨਾਂ ਦਾ ਕਿਰਾਇਆ ਸੀ, ਕੀ ਹਿਸਾਬ ਕਿਤਾਬ ਸੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ ਜੀ? ਹਾਂ ਠੀਕ। ਬਾਈ ਇਹ ਲੋਕੇਸ਼ਨ ਦੱਸਿਓ, ਕਿਹੜੀ ਲੋਕੇਸ਼ਨ ਹੈ ਇਹ ਜੀ? ਇਹ ਜੀ 25 BBN ਹੈ ਰਾਮਪੁਰੇ ਦੀ, ਰਾਮਪੁਰੇ ਦੀ ਰੋਹੀ ਆਵੇਂ ਦਾ। ਠੀਕ ਹੈ ਜੀ। ਚੱਕ ਉਹ 36 ਚ ਪੈਂਦਾ ਰਾਮਪੁਰਾ, ਅਤੇ ਇਹ 25 BBN ਚ ਪੈਂਦੀ ਆ। ਆਹ ਜਗ੍ਹਾ 25 BBN ਚ ਪੈਂਦੀ ਹੈ ਜੀ। ਹਾਂ ਠੀਕ ਹੈ ਜੀ। ਅਤੇ ਇਹ ਜਿਹੜੇ ਸਾਰਿਆਂ ਨਾਲ ਪਹਿਲਾਂ ਇੱਥੇ ਅੰਗਰੇਜ਼ ਫਿਲਮ ਬਣੀ ਸੀਗੀ ਜੀ? ਹਾਂ, ਸਾਰਿਆਂ ਨਾਲ ਪਹਿਲਾਂ ਅੰਗਰੇਜ਼। ਅੰਗਰੇਜ਼ ਫਿਲਮ ਦਾ ਜਿਹੜੇ ਫਿਲਮ ਡਾਇਰੈਕਟਰ ਜਾਂ ਕਿਸੇ ਜਿਹੜਾ ਬੰਦਾ ਮਿਲਿਆ, ਤੁਹਾਡੇ ਨਾਲ ਕਿਵੇਂ ਸਬੱਬ ਬਣੇ ਜੀ? ਸਾਡੇ ਨਾਲ ਤਾਂ ਜੀ ਉੱਥੇ ਘਰੇ ਗਏ ਸੀ ਭਗਵਾਨ ਸਰ। ਹਾਂਜੀ। ਉਹ ਆਉਂਦੇ ਅਸੀਂ ਫਿਲਮ ਬਣਾਉਣੀ ਹੈ, ਫਿਰ ਅਸੀਂ ਉਹਨਾਂ ਨਾਲ ਕਰਿਆ, ਲਿਖਾ ਲਿਖਾਈ ਕਰਾਈ। ਕਿੰਨੇ ਚਿਰ ਦੀ ਲਿਖਾ ਲਿਖਾਈ ਕੀਤੀ ਸੀ? ਉਹਨਾਂ 4 ਮਹੀਨਿਆਂ ਦੀ ਕਰੀ ਸੀ ਜੀ। ਠੀਕ ਹੈ। ਅਤੇ ਕਿਰਾਇਆ ਵਗੈਰਾ ਉਹਨਾਂ ਨੇ ਫਿਕਸ ਕੀਤਾ ਸੀਗਾ ਜੀ? ਹਾਂ, ਕਿਰਾਇਆ ਫਿਕਸ ਸੀਗਾ ਉਹਨਾਂ ਦਾ, ਜਿੰਨੇ ਜਿੰਨੇ ਦਿਨ ਸ਼ੂਟ ਕਰਨਗੇ ਉਨੇ ਦਿਨਾਂ ਦਾ ਕਿਰਾਇਆ ਦੇਵਾਂਗੇ। ਕਿੰਨਾ ਕਿਰਾਇਆ ਸੀ ਇੱਕ ਦਿਨ ਦਾ ਜੀ? 12,000 ਰੁਪਇਆ ਸੀ ਜੀ। 12,000 ਦੇ ਗਰੀਬ ਸੀ। ਠੀਕ ਹੈ ਜੀ। ਅਤੇ ਜਿਹੜਾ ਫਿਰ ਇੱਥੇ ਕਿਰਾਇਆ ਖਾਲੀ ਪਿਆ ਸੀ ਜਗ੍ਹਾ ਜੀ ਸਾਰੀ? ਹਾਂ, ਆਪਣੇ ਪੁਰਾਣੇ ਮਕਾਨ ਸੀਗੇ ਆਹ ਇੱਥੇ। ਠੀਕ ਹੈ। ਜਿਹੜੇ ਕਮਰੇ ਸਾਰੇ ਪੁਰਾਣੇ ਸੀਗੇ ਜੀ? ਹਾਂ, ਪਹਿਲਾਂ ਜਦੋਂ ਦੀ ਜ਼ਮੀਨ ਲਈ, 80 ਦੀ ਜ਼ਮੀਨ ਲਈ ਆਪਣੀ। ਹਾਂਜੀ। ਉਦੋਂ ਦੇ ਇੱਥੇ ਵਿੱਚੀ ਸੀ ਇਹਦੇ ਪਹਿਲਾਂ। ਅੱਛਾ। ਜਿਹੜੀ ਪੁਰਾਣੀ ਸੀਗੀ, ਤੁਸੀਂ ਆਪਦਾ ਘਰ ਉੱਥੇ ਸੀ, ਇਹ ਜ਼ਮੀਨ ਲੈ ਕੇ ਮਕਾਨ ਵੀ ਕਿਸੇ ਦਾ ਬਣਾਇਆ ਸੀ, ਉਹ ਇੱਥੇ ਛੱਡ ਗਏ ਸੀ? ਆਹ ਜਿਹੜੇ ਨਾਲ ਨਾਲ ਉਰਲੇ ਮਕਾਨ ਹੈ ਇਹ ਪਹਿਲਾਂ ਦੇ ਬਣੇ ਹੋਏ ਸੀ। ਠੀਕ ਹੈ। ਠੀਕ ਹੈ ਜੀ। ਹਾਂਜੀ। ਅਤੇ ਫਿਰ ਇੱਥੇ ਕਿੰਨੇ ਦਿਨ ਚੱਲੀ ਸ਼ੂਟਿੰਗ ਅੰਗਰੇਜ਼ ਫਿਲਮ ਦੀ ਜੀ? ਅੰਗਰੇਜ਼ ਦੀ ਤਾਂ ਇੱਥੇ 2-2.5 ਮਹੀਨੇ ਚੱਲੀ ਗਈ ਜੀ। ਠੀਕ ਹੈ ਜੀ। ਅਤੇ ਤੁਸੀਂ ਆਉਂਦੇ ਰਹੇ ਫਿਰ ਇੱਥੇ ਵੇਖਣ ਵਗੈਰਾ? ਹਾਂਜੀ, ਅਸੀਂ ਆਉਂਦੇ ਰਹੇ ਹਾਂ ਪਹਿਲਾਂ। ਠੀਕ ਹੈ ਜੀ। ਅੰਗਰੇਜ਼ ਵੇਲੇ ਤਾਂ ਬਾਅਦ 'ਚ ਫਿਰ ਕਦੇ ਕਦੇ ਆਉਂਦੇ ਸੀ। ਤੁਹਾਨੂੰ ਮਤਲਬ ਕੋਈ ਜਿਵੇਂ ਤੁਹਾਡੀ ਜਗ੍ਹਾ ਜਾਂ ਜਿਹੜਾ ਤੁਸੀਂ ਬੰਦਾ ਲਿਆਉਂਦੇ ਸੀਗੇ ਕਿ ਚਲੋ ਅਮਰਿੰਦਰ ਗਿੱਲ ਸੁਪਰਹਿੱਟ ਹੈ ਨਾ, ਕਲਾਕਾਰ ਆ ਜਾਂ ਐਕਟਰ ਹੈ ਨਾ ਜੀ, ਉਹਨਾਂ ਨੂੰ ਮਿਲਣ ਆਉਂਦੇ, ਫਿਰ ਤੁਹਾਨੂੰ ਨਹੀਂ, ਤੁਹਾਨੂੰ ਤਾਂ ਕੋਈ ਰੋਕ ਨਹੀਂ? ਨਹੀਂ ਨਹੀਂ, ਆਪਾਂ ਨੂੰ ਕੋਈ ਰੋਕ ਨਹੀਂ ਸੀਗੀ, ਆਪਾਂ ਤਾਂ ਉਹਨਾਂ ਕੋਲੇ ਬੈਠੇ ਰਹਿੰਦੇ ਸੀ ਜੀ ਸਾਰਾ ਦਿਨ। ਠੀਕ ਹੈ ਜੀ। ਅਤੇ ਫਿਰ ਉਹ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਤੁਸੀਂ ਕਿਆ ਆਪਦਾ ਕਰਦੇ ਸਾਰਾ? ਆਪਦਾ ਹੀ ਸੀ ਜੀ ਇਹਨਾਂ ਸਾਰਾ ਕੁਛ। ਸਾਰਾ ਕੁਝ ਆਪਦਾ ਹੁੰਦਾ ਸੀਗਾ, ਲਿਆਉਂਦੇ ਹੋਣੇ ਬੱਸ ਜੀ? ਹਾਂ, ਬੱਸਾਂ ਆਈਆਂ ਸੀ ਇੱਥੇ, 3-4 ਬੱਸਾਂ ਖੜੀਆਂ ਰਹਿੰਦੀਆਂ ਸੀ ਇੱਥੇ। ਠੀਕ ਹੈ। ਉਹਦੇ ਵਿੱਚ ਹੀ ਬੈਠ ਜਾਂਦੇ ਹੋ ਆਪਦਾ ਸਾਰਾ ਕਹਿਣਾ ਜੀ? ਹਾਂ, ਸਾਰਾ ਕੁਛ ਸਿਸਟਮ। ਅਤੇ ਰਹਿਣ ਕਰਨ ਦਾ ਫਿਰ ਇੱਥੇ ਪਿੰਡ 'ਚ ਕਰਦੇ ਸੀ ਕਿ ਆਪਦਾ? ਨਹੀਂ, ਸ਼ਹਿਰ ਜਾਂਦੇ ਸ਼ਾਮ ਨੂੰ। ਅੱਛਾ, ਸ਼ਾਮ ਨੂੰ ਜਾਂਦੇ। ਹੋਟਲ ਕਿਰਾਏ 'ਤੇ ਕਰੇ ਹੋਏ ਸੀ ਇਹਨਾਂ ਦੇ। ਠੀਕ ਹੈ ਜੀ। ਉੱਥੇ ਹੀ। ਅਤੇ ਜ਼ਿਆਦਾਤਰ ਜਿਹੜੀ ਸ਼ੂਟਿੰਗ ਚੱਲੀ ਹੈ ਇੱਥੇ ਹੀ ਚੱਲੀ ਹੈ ਜੀ? ਇੱਥੇ ਜ਼ਿਆਦਾ ਚੱਲੀ ਹੈ ਅੰਗਰੇਜ਼ ਦੀ। ਠੀਕ ਹੈ ਜੀ। ਅਤੇ ਆਪਣਾ ਜਿਹੜੀ ਦੂਜੀ ਇਸ ਤੋਂ ਬਾਅਦ ਬਣੀ ਸੂਬੇਦਾਰ ਜੋਗਿੰਦਰ ਸਿੰਘ ਨੇ ਜੀ, ਅਤੇ ਉਹਨਾਂ ਦੇ ਵੀ ਸਵਾਬਾਂ ਹੀ ਬਣ ਗਏ ਜੀ? ਹਾਂ, ਉਹ ਤਾਂ ਫਿਰ ਆਟੋਮੈਟਿਕ ਪਤਾ ਲੱਗ ਗਿਆ, ਉਹੀ ਸੀਗਾ ਡਾਇਰੈਕਟਰ ਉਹਨਾਂ ਦਾ। ਠੀਕ ਹੈ ਜੀ। ਸੇਮ ਡਾਇਰੈਕਟਰ ਹੀ ਸੀਗਾ? ਹਾਂ, ਉਹਨੇ ਜਾਣਕਾਰੀ ਕਰਾਤੀ। ਹਾਂਜੀ। ਉਹ ਆਪਣਾ ਕਰ ਜਾਣਦਾ ਹੀ ਸੀ, ਪਿੰਡ ਜਾਂਦਾ ਹੀ ਰਹਿੰਦਾ ਸੀ ਉਹ। ਹਾਂਜੀ। ਅਤੇ ਉਹਨਾਂ ਨਾਲ ਵੀ ਉਹੀ ਕਿਰਾਇਆ ਫਿਕਸ ਸੀ? ਹਾਂ, ਕਿਰਾਇਆ ਤਾਂ ਉਹਨਾਂ ਹੀ ਲੈਂਦੇ ਰਹੇ ਆਪਾਂ, ਤਾਂ ਕੋਈ ਗਾਲਾ ਨਹੀਂ ਮੰਗਿਆ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਤੀਜੀ ਫਿਲਮ ਕਿਹੜੀ ਬਣੀ ਇੱਥੇ ਜੀ? ਤੀਜੀ ਫਿਲਮ ਤਾਂ ਆਹ ਬਣੀ ਹੈ ਜੀ, ਇੱਕ ਤਾਂ ਬੱਬੂ ਮਾਨ ਦੀ ਸੀਗੀ ਜੀ, ਬੱਬੂ ਮਾਨ ਦੀ ਸੁੱਚਾ ਸੂਰਮਾ ਸੀ, ਉਹ ਤਾਂ ਲੱਫੀ ਸੀ, ਉਹ ਤਾਂ ਵਿਚਾਲੇ ਇੱਕ ਹੋਰ ਬਣੀ ਸੀ, ਉਹਦਾ ਨਾਮ ਉਸੇ ਡਾਇਰੈਕਟਰ ਨੇ ਬਣਾਈ ਸੇਮ ਜੀ? ਹਾਂ, ਜਾਣਕਾਰੀ ਤਾਂ ਫਿਰ ਉਹ ਹੀ ਫੋਨ ਕਰਦੇ ਸਨ ਤਾਂ। ਠੀਕ ਹੈ ਜੀ। ਠੀਕ ਹੈ ਜੀ। ਸਾਨੂੰ ਚਾਹੀਦਾ ਤਾਂ। ਠੀਕ ਹੈ ਜੀ। ਅਤੇ ਨਹੀਂ ਤਾਂ ਇਹ ਫਿਰ ਸਾਰਾ ਆਪੇ ਜਿਹੜਾ ਡੈਕੋਰੇਟ ਵਗੈਰਾ ਸਾਰਾ ਆਪੇ ਕਰਦੇ, ਤੁਸੀਂ ਕੁਝ ਨਹੀਂ ਕੀਤਾ ਜੀ? ਇੱਟਾਂ ਉੱਟਾਂ ਆਪੇ ਲਿਆ ਲੂ ਕੇ ਆਪੇ ਆਪਦੇ ਲੇਬਰ ਲਾ ਕੇ ਆਪੇ ਕਰਦੇ ਸੀ ਸਾਰਾ ਕੁਛ। ਠੀਕ ਹੈ ਜੀ। ਅਤੇ ਹੁਣ ਕੋਈ ਨਵੀਂ ਇੱਥੇ ਬਣ ਰਹੀ ਫਿਲਮ ਜੀ? ਕਰੋਨਾ ਤੋਂ ਬਾਅਦ ਨਹੀਂ ਕੋਈ ਆਇਆ ਜੀ। ਜੇ ਕਰੋਨਾ ਤੋਂ ਬਾਅਦ ਕੋਈ ਨਹੀਂ ਇੱਥੇ? ਕਰੋਨਾ ਤੋਂ ਪਹਿਲਾਂ ਹੀ ਸੁੱਚਾ ਸੂਰਮਾ ਬਣੀ ਹੈ, ਉਦੋਂ ਬਾਅਦ ਕਰੋਨਾ ਲੱਗ ਗਿਆ। ਠੀਕ ਹੈ ਜੀ। ਅਤੇ ਫਿਰ ਮਤਲਬ ਤੁਹਾਡੇ ਆਉਂਦੇ ਹੋਣੇ ਪਰਿਵਾਰ ਦੇ ਸਾਰੇ ਵੇਖਣ ਇੱਥੇ ਸ਼ੂਟਿੰਗ ਕੇ? ਹਾਂ, ਪਰਿਵਾਰ ਦੇ ਤਾਂ ਕਿਹੜਾ ਕਿਹੜਾ ਤਾਂ ਆਉਂਦੇ ਸਾਰੇ। ਠੀਕ ਹੈ ਜੀ। ਨਵਾਂ ਕੰਮ ਸੀ ਫਿਰ? ਹਾਂਜੀ, ਚਾਹ ਤਾਂ ਹੁੰਦਾ ਹੀ ਹੈ ਫਿਰ। ਆਸੇ ਪਾਸੇ ਪਿੰਡਾਂ ਵਾਲੇ ਆਉਂਦੇ ਹੋਣਗੇ? ਹਾਂ, ਪਿੰਡਾਂ ਵਾਲੇ ਤਾਂ ਇੱਥੇ ਹਜ਼ਾਰੋਂ ਬੰਦਾ ਖੜ੍ਹੇ ਰਹਿੰਦਾ ਸਾਰਾ ਦਿਨ ਹੀ। ਅਤੇ ਉਹਨਾਂ ਨੂੰ ਮਿਲਣ ਦੇ ਦਿੰਦੇ ਸੀਗੇ ਜਿਵੇਂ ਅਮਰਿੰਦਰ ਗਿੱਲ? ਅੰਦਰ ਨਹੀਂ ਜਾਣ ਦਿੰਦੇ ਸੀ, ਬਾਹਰ ਫੋਟੋ ਫੋਟੋ ਕਰਾਉਂਦੇ ਦਿੰਦੇ। ਹਾਂ, ਬਾਹਰ ਜੇ ਆਉਂਦੇ ਜਿਵੇਂ ਦਰਬਾਰ ਬੂਰ ਉਦੋਂ ਆਉਂਦਾ। ਹਾਂਜੀ, ਕਰੀ ਜਾਂਦੇ ਹੋ? ਠੀਕ ਹੈ। ਅੰਦਰ ਨਹੀਂ ਜਦੋਂ ਸ਼ੂਟਿੰਗ ਚੱਲਦੀ ਕੋਈ ਨਹੀਂ, ਬਾਹਰ ਖੜੇ ਵੇਖੀ ਜਾਂਦੇ? ਹਾਂ, ਬਾਹਰ ਸੀ ਸਾਰੇ। ਠੀਕ ਹੈ, ਠੀਕ ਹੈ, ਠੀਕ ਹੈ। ਅਤੇ ਹੁਣ ਕੋਈ ਇੱਥੇ ਇੱਕ ਵਾਰੀ ਨਹੀਂ ਆਉਣੀ? ਹੁਣ ਕਰੋਨਾ ਤੋਂ ਬਾਅਦ ਨਹੀਂ ਕੋਈ ਆਇਆ ਜੀ। ਠੀਕ ਹੈ ਜੀ। ਤੁਹਾਨੂੰ ਦਿਖਾਉਣੇ ਆ ਕਿ ਅੰਦਰ ਸਾਰੀ ਆਪਣੀ ਜਗ੍ਹਾ ਜਿਹੜੀ ਬਾਈ ਜੀ ਨੇ ਤਿਆਰ ਕਰਵਾਈ ਸੀਗੀ, ਅਤੇ ਕੁਝ ਜਿਹੜੇ ਕਲਾਕਾਰਾਂ ਨੇ ਆਪਦੀ ਡਾਇਰੈਕਟਰਾਂ ਨੇ ਆਪਦੀ ਤਿਆਰ ਕਰਾਈ ਹੈ ਜੀ। ਪਹਿਲਾਂ ਤਾਂ ਆਪਣਾ ਤਾਂ ਜਿੰਨਾ ਬਣਿਆ ਹੋਇਆ ਸੀ ਓਨਾ ਹੀ ਸੀ।
ਠੀਕ ਹੈ ਜੀ। ਉਹਨਾਂ ਨੇ ਜਿਹੜਾ ਆਪਦਾ ਕੋਈ ਬਣਾਇਆ ਹਾਂਜੀ ਉਹਨਾਂ ਨੇ ਆਪੇ ਹੀ ਬਣਾਇਆ ਜੀ। ਇਤਬਾਰ ਲਗਾਏ ਕੋਈ ਨਹੀਂ ਵਿੱਚ, ਉਵੇਂ ਸਾਰਾ ਸਿਸਟਮ ਛੱਡ ਕੇ ਆਪਦਾ ਸਮਾਨ ਸਮਾਨ ਲੈ ਗਏ ਜਿਹੜਾ ਕੋਈ ਸੀਗਾ ਉਹਨਾਂ ਦਾ। ਇੱਟਾਂ ਉੱਟਾਂ ਤਾਂ ਇੱਥੇ ਪਈਆਂ ਰਹਿੰਦੀਆਂ। ਅੱਛਾ, ਇੱਟਾਂ ਪਈਆਂ ਰਹਿੰਗਾ, ਬਾਕੀ ਜਿਹੜਾ ਕੋਈ ਲਾਇਆ ਉਹ ਲੈ ਗਿਆ। ਆਪਦਾ ਕੋਈ ਕੀਮਤੀ ਸਮਾਨ ਸੀ ਜਿਹੜਾ ਲੈ ਜਾਂਦੇ ਸੀ ਆਪਦੇ ਨਾਲ। ਠੀਕ ਹੈ ਜੀ। ਤੇ ਜਿਹੜੀ ਅੰਗਰੇਜ਼ੀ ਫਿਲਮ ਲਗਾਤਾਰ ਹੀ 4 ਮਹੀਨੇ ਇੱਥੇ ਚੱਲੀ ਹੈ ਕਿ ਮਤਲਬ ਕਦੇ ਇੱਥੇ ਜ਼ਿਆਦਾ ਰਹੇ ਆ? ਮਾੜਾ ਮੋਟਾ ਸੂਟ ਆ, 7-8 ਪਿੰਡ ਹੈ ਹਾਂਜੀ ਇੱਥੇ ਲਿਆ, ਤੇ ਕੋਈ ਇੱਧਰ ਇੱਧਰ ਛਾਉਣੀ ਦੇ ਨਾਲ ਇੱਕ ਪਿੰਡ ਹੈ ਉੱਥੇ ਸਰਦਾਰਗੜ੍ਹ ਕੋਲ, ਉੱਥੋਂ ਲਏ ਇੱਕ ਇੱਕ ਦੋ ਸੂਟ। ਠੀਕ ਹੈ। ਤੇ ਉਹ ਅਮਰਿੰਦਰ ਗਿੱਲ ਦੇ ਨਾਲ ਉਹ ਜਿਹੜਾ ਆਪਣਾ ਐਮੀ ਵਿਰਕ, ਉਹ ਵੀ ਇੱਥੇ ਹੀ? ਹਾਂ, ਇੱਥੇ ਰਹਿੰਦੇ ਰਹੇ। ਠੀਕ ਹੈ ਠੀਕ ਹੈ ਜੀ। ਕੇਰਾਂ ਚਾਹ ਹੋਊਗਾ ਕਿ ਚਲੋ ਮਿਲਦੇ ਹਨ ਜੀ ਵੱਡੇ ਐਕਟਰ ਹੈ। ਹਾਂ ਹਾਂ ਠੀਕ ਹੈ ਜੀ। ਅਤੇ ਚਲੋ ਦਰਸ਼ਕ ਵੀਰੋ, ਤੁਹਾਨੂੰ ਵੀ ਦਿਖਾਉਣੇ ਹੈ ਕਿ ਜਿਹੜੀ ਆਪਣੀ ਜਗ੍ਹਾ ਅੰਦਰੋਂ ਸਾਰਾ ਕੁਝ ਸਾਰੀ ਜਿਵੇਂ ਡੈਕੋਰੇਟ ਕੀਤਾ ਹੋਇਆ। ਕੁਝ ਬਾਈ ਕਹਿੰਦੇ ਕਿ ਕਰੋਨਾ ਤੋਂ ਬਾਅਦ ਕੋਈ ਇੱਥੇ ਫਿਲਮ ਦੀ ਸ਼ੂਟਿੰਗ ਨਹੀਂ ਹੋਈ, ਤਾਂ ਕਰਕੇ ਕਿ ਇੱਥੇ ਇੱਕ ਵਾਰੀ ਘਾਹ ਮੀਂਹ ਮੂੰਹ ਜ਼ਿਆਦਾ ਪਈ ਜਾਂਦੇ ਨੇ, ਘਾਹ ਘੂਹ ਪੈਣ ਕਰਕੇ ਘਾਹ ਘੂਹ ਹੋ ਗਿਆ ਅਤੇ ਕੁਝ ਡਿੱਗ ਪਿਆ ਜਿਹੜਾ ਮਿੱਟੀ ਮੁੱਟੀ ਲਾਈ ਸੀਗੀ। ਅਤੇ ਜਿੰਨਾ ਵੀ ਹੈ ਤੁਹਾਨੂੰ ਇੱਕ ਵਾਰੀ ਸਾਰਾ ਦਿਖਾਉਣੇ ਅੰਦਰੋਂ।